ਜਦੋਂ ਭਾਈ ਸਾਹਿਬ ਦੀ ਗੱਲ ਕੀਤੀ, ਘਰ ਘਰ ਫੋਨ ਕੀਤੇ ਤਾਂ ਭੱਜ ਭੱਜ ਕੇ ਸਾਰੇ ਨੌਜਵਾਨ ਵੀਰ ਆਏ ਨੇ। ਦੀਵਾਨਾਂ ਦੇ ਵਿੱਚ ਜਾ ਕੇ ਗਿਣਤੀ 50,000 ਬੰਦਾ, ਕਦੇ 70,000 ਬੰਦਾ ਦੀਵਾਨ ਸੁਣਦਾ ਸੀ। ਅਤੇ ਉਹ ਇੱਕ ਬਹੁਤ ਵੱਡਾ ਸਾਨੂੰ ਲੌਸ ਹੈ, ਘਾਟਾ ਹੈ। ਭਾਈ ਰਣਜੀਤ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ, ਸੰਗਤ ਨੂੰ ਪਤਾ ਲੱਗੇ ਵੀ ਕੌਣ ਇੱਥੇ ਝੂਠਾ ਸੀ, ਕੌਣ ਸੱਚਾ ਸੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਟਕਸਾਲ ਵਿਚਾਲੇ ਚੱਲਿਆ ਰਿਹਾ ਵਿਵਾਦ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਇੱਕ ਪਾਸੇ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਬਹਿਸ ਲਈ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ, ਉੱਥੇ ਹੀ ਦੋਵੇਂ ਧਿਰਾਂ ਦੇ ਸਮਰਥਕ ਵੀ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਨੇ। ਸੰਗਰੂਰ ਦੇ ਪਿੰਡ ਭੁੱਲਰਹੇੜੀ ਵਿੱਚ ਹੁਣ ਢੱਡਰੀਆਂ ਵਾਲਿਆਂ ਦੇ ਸਮਰਥਕਾਂ ਨੇ ਢੱਡਰੀਆਂ ਵਾਲਿਆਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਸਮਾਜਿਕ ਸੰਸਥਾਵਾਂ ਅਤੇ ਸਰਕਾਰ ਅੱਗੇ ਮਦਦ ਦੀ ਗੁਹਾਰ ਵੀ ਲਾਈ ਹੈ। ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਐਲਾਨ ਕੀਤਾ ਕਿ ਉਹ ਤਨੋ ਮਨੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸਾਥ ਦੇਣਗੇ। ਪਿੰਡ ਵਾਸੀਆਂ ਨੇ ਢੱਡਰੀਆਂ ਵਾਲਿਆਂ ਨੂੰ ਮੁੜ ਤੋਂ ਦੀਵਾਨ ਲਾਉਣ ਦੀ ਅਪੀਲ ਵੀ ਕੀਤੀ ਹੈ। ਅੱਜ ਜੋ ਭੁੱਲਰਹੇੜੀ ਦੇ ਸਾਰੇ ਨੌਜਵਾਨ ਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਭਾਈ ਸਾਹਿਬ ਦਾ ਸਾਥ ਦੇਣ ਦਾ ਜੋ ਇੱਕ ਆਪਦਾ ਉਹਨਾਂ ਨਾਲ ਇਹ ਵਾਅਦਾ ਕੀਤਾ ਵੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਸੋ ਸਾਰੇ ਵੀਰਾਂ ਨੇ ਆ ਕੇ ਸਾਡੇ ਸੱਦੇ 'ਤੇ ਇੱਥੇ ਇਕੱਠੇ ਹੋਏ ਨੇ। ਅਤੇ ਮੈਂ ਤਾਂ ਇਹ ਸਮਝਦਾ ਵੀ ਜਿਸ ਤਰ੍ਹਾਂ ਜਦੋਂ ਭਾਈ ਸਾਹਿਬ ਦੀ ਗੱਲ ਕੀਤੀ, ਘਰ ਘਰ ਫੋਨ ਕੀਤੇ ਤਾਂ ਭੱਜ ਭੱਜ ਕੇ ਸਾਰੇ ਨੌਜਵਾਨ ਵੀਰ ਆਏ ਨੇ, ਇਹਦਾ ਮਤਲਬ ਨੌਜਵਾਨ ਚਾਹੁੰਦਾ ਵੀ ਭਾਈ ਰਣਜੀਤ ਸਿੰਘ ਦੇ ਨਾਲ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਹਨਾਂ ਦੇ ਵਿਚਾਰ ਸੁਣਨੇ ਚਾਹੁੰਦੇ ਨੇ, ਕਿਉਂਕਿ ਗੱਲ ਉਹ ਤਰਕ ਦੀ ਸੱਚ ਦੀ ਗੱਲ ਕਰ ਰਹੇ ਨੇ। ਇਸ ਕਰਕੇ 7 ਤਰੀਕ ਨੂੰ ਵੀ ਇੱਥੋਂ ਵੱਡੀ ਮਾਤਰਾ ਦੇ ਵਿੱਚ ਵੱਡੀ ਗਿਣਤੀ 'ਚ ਭੁੱਲਰਹੇੜੀ ਦੀ ਸੰਗਤ ਜਾਊਗੀ ਦੀਵਾਨ ਸੁਣਨ। ਪਰਮੇਸ਼ਰ ਦੁਆਰ ਮੰਥਲੀ ਦੀਵਾਨ ਆ ਜੋ ਸ਼ਨੀਵਾਰ ਦਾ, 7 ਤਰੀਕ ਨੂੰ ਵੀ ਭਾਰੀ ਮਾਤਰਾ ਦੇ ਵਿੱਚ ਸਾਰੇ ਇਕੱਠੇ ਹੋ ਕੇ ਗਿਣਤੀ ਦੇ ਵਿੱਚ ਜਾਵਾਂਗੇ। ਇਸ ਕਰਕੇ ਸਾਰੇ ਅੱਜ ਜੋ ਸਾਰਿਆਂ ਨੇ ਸਾਬਤ ਕਰਤਾ, ਸਾਰੇ ਨੌਜਵਾਨਾਂ ਨੇ ਵੀ ਅਸੀਂ ਭਾਈ ਸਾਹਿਬ ਦੇ ਨਾਲ ਆ। ਅਸੀਂ ਅਪੀਲ ਇਹੀ ਕਰਾਂਗੇ ਭਾਈ ਸਾਹਿਬ ਨੂੰ ਕਿ ਕਿਉਂਕਿ ਜੋ ਦੀਵਾਨਾਂ ਦਾ ਇੱਕ ਜ਼ਰੀਆ ਸੀ ਉਹ ਬਹੁਤ ਵਧੀਆ ਸੀ, ਸੋਸ਼ਲ ਮੀਡੀਆ ਰਾਹੀਂ, ਠੀਕ ਆ, ਹਰ ਬੰਦਾ ਨਹੀਂ ਨਾ ਸੁਣਦਾ। ਦੀਵਾਨਾਂ ਦੇ ਵਿੱਚ ਜਾ ਕੇ ਗਿਣਤੀ 50,000 ਬੰਦਾ, ਕਦੇ 70,000 ਬੰਦਾ ਦੀਵਾਨ ਸੁਣਦਾ ਸੀ। ਅਤੇ ਉਹ ਇੱਕ ਬਹੁਤ ਵੱਡਾ ਸਾਨੂੰ ਲੌਸ ਹੈ, ਘਾਟਾ ਹੈ। ਇਸ ਕਰਕੇ ਅਸੀਂ ਭਾਈ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਸਮਾਂ ਆਉਣ 'ਤੇ ਦੀਵਾਨ ਜ਼ਰੂਰ ਲਾਉਣੇ ਸ਼ੁਰੂ ਕਰਿਓ, ਇਹ ਸਾਡੀ ਬੇਨਤੀ ਹੈ। ਉੱਥੇ ਹੀ ਪਿੰਡ ਵਾਸੀਆਂ ਨੇ ਢੱਡਰੀਆਂ ਵਾਲਿਆਂ ਨੂੰ ਦੀਵਾਨ ਲਾਉਣ ਅਤੇ ਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ ਨਾਲ ਸੰਵਾਦ ਕਰਕੇ ਮਾਮਲੇ ਨੂੰ ਜਲਦ ਨਿਬੇੜਨ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਮੁਤਾਬਕ ਸੰਵਾਦ ਨਾਲ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਹੈ। ਚਾਹੇ ਸਾਡੇ ਪਿੰਡ ਦੇ ਸਹਿਜਧਾਰੀ ਸਿੱਖ ਦੀ, ਚਾਹੇ ਅੰਮ੍ਰਿਤਧਾਰੀ ਸਿੱਖ ਦੀ, ਉਹ ਸਾਰੇ ਭਾਈ ਰਣਜੀਤ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ। ਅਸੀਂ ਭਾਈ ਸਾਹਿਬ ਨੂੰ ਇੰਨਾ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜੀ ਦੀਵਾਨਾਂ ਦੀ ਆਉਟਪੁੱਟ ਤੀ ਉਹ ਬਹੁਤ ਵਧੀਆ ਮਿਲਦੀ ਤੀ, ਕਿ ਦੀਵਾਨ ਐਵੇਂ ਹੀ ਲੱਗਦੇ ਰਹਿਣ। ਤੁਸੀਂ ਉਹਨਾਂ ਨੂੰ ਸੱਦੋ, ਉਹਨਾਂ ਨਾਲ ਵਿਚਾਰ ਕਰੋ ਅਤੇ ਸੰਗਤ ਨੂੰ ਪਤਾ ਲੱਗੇ ਵੀ ਕੌਣ ਇੱਥੇ ਝੂਠਾ ਸੀ, ਕੌਣ ਸੱਚਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਆਪਣੇ ਵਿਰੋਧ ਤੋਂ ਬਾਅਦ ਬੀਤੇ ਦਿਨ ਦੀਵਾਨ ਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਢੱਡਰੀਆਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਜਨਾਲਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਟੀਵੀ ਚੈਨਲਾਂ 'ਤੇ ਬਹਿਸ ਲਈ ਚੁਣੌਤੀ ਵੀ ਦਿੱਤੀ ਸੀ, ਪਰ ਭਾਈ ਅਜਨਾਲਾ ਨੇ
ਇਹ ਕਹਿੰਦਿਆਂ ਬਹਿਸ ਦੀ ਚੁਣੌਤੀ ਨੂੰ ਠੁਕਰਾ ਦਿੱਤਾ ਸੀ ਕਿ ਉਹ ਇਹ ਬਹਿਸ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਕਰਨਗੇ, ਜਿਸ ਕਾਰਨ ਹਾਲੇ ਵੀ ਵਿਵਾਦ ਨਿਬੜਨ ਦੀ ਬਜਾਏ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।